ਉਠੀਆ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਇੱਕ ਵਾਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਮਕਾਨ ਬਹੁਤ ਵਧੀਆ ਮਕਾਨ ਹੈ ਤੇ ਮਕਾਨ ਦਾ ਜਿਹੜਾ ਵੇਚਣ ਦਾ ਕਾਰਨ ਹੈ ਉਹ ਆ ਜੀ ਇਹਨਾਂ ਨੇ ਬਾਹਰ ਜਾਣੇ ਚੀ ਤਾਂ ਕਰਕੇ ਵੇਚ ਰਹੇ ਨੇ। ਬਾਕੀ ਮਕਾਨ ਪੂਰਾ ਵਧੀਆ ਬਣਿਆ ਹੋਇਆ ਜੀ ਤੇ ਜਗ੍ਹਾ ਵੀ ਬਹੁਤ ਹੈ ਮਕਾਨ ਦੀ ਸਾਰੀ ਤੇ ਵਧੀਆ ਮਕਾਨ ਹੈ ਤੇ ਮਕਾਨ ਦੇ ਬਾਹਰਲੇ ਸਾਈਡ ਦੋ ਦੁਕਾਨਾਂ ਵੀ ਬਣੀਆਂ ਹੋਈਆਂ ਜੀ। ਦੁਕਾਨਾਂ ਕਿਰਾਏ ਤੇ ਲੱਗਦੀਆਂ ਇਹਨਾਂ ਦੀਆਂ ਤੇ ਕਿਰਾਏ ਤੇ ਇਹਨਾਂ ਨੇ ਚੜਾਈਆਂ ਵੀ ਹੋਈਆਂ ਜੀ। ਬਾਕੀ ਤੁਸੀਂ ਬਿਹੜਾ ਦੇਖ ਰਹੇ ਹੋ ਬਹੁਤ ਖੁੱਲਾ ਬਿਹੜਾ ਹੈ ਤੇ ਸਾਰਾ ਪੱਕਾ ਜੀ ਕੋਈ ਕੱਚਾ ਨਹੀਂ ਹੈਗਾ ਸਾਰਾ ਪੱਕਾ ਹੈ। ਤੇ ਬਾਹਰਲੀ ਸਾਈਡ ਬਾਥਰੂਮ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੰਦਰ ਸਾਰਾ ਕੁਝ ਵਧੀਆ ਜੀ ਸਪਲਾਈ ਪਾਣੀ ਦੀ ਵਧੀਆ ਤੇ ਬਾਹਰ ਬਾਸ਼ਪੇਸ਼ਣ ਲੱਗਿਆ ਹੋਇਆ ਜੀ ਤੇ ਬੈੜੇ ਦੇ ਵਿਚਕਾਰ ਦਰਖਤ ਇਹਨਾਂ ਨੇ ਲਾਏ ਹੋਏ ਆ ਜੀ ਤੇ ਆਸੇ ਪਾਸੇ ਚਾਰ ਦੀਵਾਰੀ ਵੀ ਕੱਢੀ ਹੋਈ ਆ ਜੀ ਜਿਹੜਾ ਬਹੁਤ ਵਧੀਆ ਲੱਗਦਾ ਵਿਚਾਲੇ ਆ ਦਰਖਤ ਲੱਗੇ ਜੀ ਤੇ ਸਾਰਾ ਕੁਝ ਵਧੀਆ ਜੀ ਕਲਰ ਹੋਇਆ ਜੀ ਮਕਾਨ ਨੂੰ ਤੇ ਕਲਰ ਥੋੜਾ ਜਿਹਾ نیچے-ਨੀਚੋਂ ਖਰਾਬ ਹੋਇਆ ਪਿਆ ਪਰ ਉੱਪਰੋਂ ਸਾਰਾ ਵਧੀਆ ਜੀ ਤੇ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਅੰਦਰ ਸਾਰਾ ਕੁਝ ਤੁਹਾਨੂੰ ਦਿਖਾਉਣੀ ਹੈ ਜੀ ਅੰਦਰ ਜਿਹੜਾ ਪਲਸਤਰ ਵਗੈਰਾ ਹੋਇਆ ਪਹਿਲਾਂ ਤੁਸੀਂ ਕਮਰਾ ਦੇਖ ਰਹੇ ਹੋ ਜੀ ਵਧੀਆ ਕਮਰੇ ਅਲਮਾਰੀ ਵਗੈਰਾ ਬਣੀ ਹੋਈ ਹੈ ਅੰਦਰ ਠੀਕ ਹੈ ਜੀ ਪੁਰਾਣਾ ਮਕਾਨ ਹੈ ਥੋੜਾ ਜਾਂ ਪਰ ਕੰਡੀਸ਼ਨ ਇਹਦੀ ਵਧੀਆ ਪਈ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਰੇਟ ਵੀ ਇਹਦਾ ਬਹੁਤ ਘੱਟ ਹੈ ਤੇ ਬਾਹਰ ਜਾਣੇ ਜਲਦੀ ਵੇਚਣੇ ਤਾਂ ਕਰਕੇ ਰੇਟ ਵੀ ਘਟ ਹੈ ਤੇ ਜਲਦੀ ਵੇਚਣੇ ਤੇ ਇੱਕ ਦੂਜੇ ਦੇ ਨਾਲ ਅਟੈਚ ਹੈ ਆ ਕਮਰੇ ਇੱਕ ਦੂਜੇ ਦੇ ਅੰਦਰ ਹੀ ਇਹਨਾਂ ਨੇ ਗੇਟ ਰੱਖੇ ਹੋਏ ਆ ਜੀ ਪਹਿਲੇ ਬੈੱਡਰੂਮ ਚੋਂ ਦੂਜੇ ਬੈੱਡਰੂਮ ਦੂਜੇ ਤੋਂ ਤੀਜੇ ਇਦਾਂ ਆਇਆ ਜਾਂਦੇ ਜੀ ਤੇ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਤੁਹਾਨੂੰ ਸਾਰਾ ਕੁਝ ਆਪਾਂ ਦਿਖਾ ਵੀ ਰਿਹਾ ਹਾਂ ਸਾਹਮਣੇ ਤੁਸੀਂ ਦੇਖੋ ਪਰਲੇ ਕਮਰੇ ਚੋਂ ਇਧਰਲੇ ਕਮਰੇ 'ਚ ਆਇਆ ਜਾਂਦਾ ਹੈ ਇਹਨਾਂ ਨੇ ਇਧਰਲੇ ਕਮਰੇ 'ਚ ਬੈੱਡ ਰੱਖਿਆ ਹੋਇਆ ਸੋਹੇ ਪਈ ਆ ਜੀ ਤੇ ਹੋਰ ਵੀ ਸਮਾਨ ਪਿਆ ਫੇਰ ਵੀ ਥਾਂ ਬਹੁਤ ਬੱਚੀ ਪਈ ਆ ਸੇ ਪਸੀ ਆ ਕਾਫੀ ਵੱਡੇ ਵੱਡੇ ਕਮਰੇ ਆ ਜੀ ਜਿਨੇ ਕਮਰੇ ਨੇ ਸਾਰਿਆਂ ਨੂੰ ਜੋੜੀਆਂ ਲੱਗੀਆਂ ਹੋਈਆਂ ਵਧੀਆ ਜੀ ਤੇ ਵਿੰਡੋ ਵਗੈਰਾ ਵਧੀਆਂ ਨੇ ਬਾਹਰ ਤੋਂ ਅਸੀਂ ਦੇਖ ਰਹੂ ਸਾਰਾ ਜਿਹੜਾ ਮਕਾਨ ਹੈ ਕਲਰ ਕੀਤਾ ਹੋਇਆ ਜੀ ਤੇ ਮਕਾਨ ਵਧੀਆ ਬਹਿੜਾ ਵਧੀਆ ਜੀ ਇਹਨਾਂ ਦਾ ਏਰੀਆ ਵੀ ਵਧੀਆ ਹੈ ਤੁਹਾਨੂੰ ਮੈਂ ਰੇਟ ਦੱਸਦਾ ਤੁਸੀਂ ਹੈਰਾਨ ਰਹਿ ਜਾਊਗੀ ਐਡਾ ਵੱਡਾ ਮਕਾਨ ਹੈ ਵਧੀਆ ਤੇ ਰੇਟ ਘੱਟ ਹੈ ਰੇਟ ਸਿਰਫ ਇਹਦਾ ਰੱਖਿਆ ਇਹਨਾਂ ਨੇ 11 ਲੱਖ ਜੀ 11 ਲੱਖ ਦੇ ਵਿੱਚ ਆ ਮਕਾਨ ਸਾਰੀ ਜਗ੍ਹਾ ਤੇ ਦੁਕਾਨਾਂ ਵੀ ਹੈ ਸਾਰਾ ਕੁਝ ਵਿਕਾਊ ਹੈ ਜੀ ਤੇ ਹੁਣ ਤੁਹਾਨੂੰ ਅਗਲਾ ਮੈਂ ਕਮਰਾ ਦਿਖਾ ਰਿਹਾ ਜੀ ਆ ਕਮਰਾ ਵੀ ਪੂਰਾ ਵਧੀਆ ਜੀ ਪੂਰਾ ਵੱਡਾ ਹੈ ਤੁਸੀਂ ਦੇਖੋ ਆਪ ਹੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਨੇ ਆ ਪੇਟੀਆਂ ਵਾਲਾ ਆਹ ਕਮਰਾ ਜੀ ਸਮਾਨ ਇਹਨਾਂ ਨੇ ਬਹੁਤ ਸਾਰਾ ਰੱਖਿਆ ਹੋਇਆ ਫੇਰ ਵੀ ਕਿੰਨਾ ਖੁੱਲਾ ਕਮਰਾ ਤੁਸੀਂ ਦੇਖੋ ਤੇ 11 ਲੱਖ ਦੀ ਸਿਰਫ ਡਿਮਾਂਡ ਹੈ ਤੇ ਇਹਨਾਂ ਦਾ ਏਰੀਆ ਜੀ ਮੋਗਾ ਮੋਗੇ ਏਰੀਆ ਦੇ ਵਿੱਚ ਆ ਮਕਾਨ ਹੈ ਜੀ ਤੇ ਇਧਰਲੇ ਪਾਸੇ ਤੁਸੀਂ ਦੇਖੋ ਜੀ ਬਣਿਆ ਹੋਇਆ ਜੀ ਇਧਰਲੇ ਪਾਸੇ ਇਹਨਾਂ ਨੇ ਸਮਾਨ ਰੱਖਿਆ ਹੋਇਆ ਜੀ ਤੇ ਚੁੱਲ੍ਹੇ ਵਾਲਾ ਜਗ੍ਹਾ ਜੀ ਜਿੱਧਰ ਆਪਣਾ ਕੱਚਾ ਚੁੱਲਾ ਹੁੰਦਾ ਜੀ ਕੱਚੀ ਰਸੋਈ ਹੁੰਦੀ ਆ ਉਹ ਜੀ ਤੇ ਵਧੀਆ ਜੀ ਸਾਰਾ ਕੁਝ ਵੇੜਾ ਤੁਹਾਨੂੰ ਦਿਖਾਤਾ ਤੇ ਬਾਕੀ ਵੀਡੀਓ ਚੱਲ ਰਹੀ ਹੈ ਸਕਰੀਨ ਤੇ ਅਜੀ ਤੁਹਾਡੇ ਸਾਹਮਣੇ ਸਾਰਾ ਕੁਝ ਦਿਖਾਉਨੇ ਆ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਰਸੋਈ ਦੇ ਅੰਦਰ ਰਸੋਈ ਤੁਸੀਂ ਦੇਖੋ ਵਧੀਆ ਇੱਕ ਸਾਈਡ 'ਚ ਵਧੀਆ ਰਸੋਈ ਬਣੀ ਹੋਈ ਹੈ ਤੇ ਰਸੋਈ ਵੀ ਬਾਹਵ ਵੱਡੀ ਹੈ ਤੇ ਸਮਾਨ ਵੀ ਕਿੰਨਾ ਪਿਆ ਤੁਸੀਂ ਆਪ ਦੇਖੋ ਜੀ ਸੈਲਫਾਂ ਬਣੀਆਂ ਹੋਈਆਂ ਭਾਂਡੇ ਰੱਖੇ ਹੋਏ ਆ ਜੀ ਤੇ ਕਾਫੀ ਖੁੱਲੀ ਡੁੱਲੀ ਆ ਰਸੋਈ ਹੈ ਜੀ ਤੇ ਕਿਸੇ ਮੇਰੀ ਭੈਣ ਨੇ ਮੇਰੇ ਵੱਡੇ ਬਜ਼ੁਰਗ ਨੇ ਆਹ ਮਕਾਨ ਖਰੀਦਣਾ ਹੋਵੇ ਤਾਂ ਮੋਗੇ ਏਰੀਆ ਚ ਆਹ ਮਕਾਨ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੋਂ ਜਾ ਕੇ ਦੇਖ ਲਓ ਤੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਫੋਨ ਤੁਸੀਂ ਕਰ ਸਕਦੋਂ ਮਾਲਕ ਦਾ ਨੰਬਰ ਸਕਰੀਨ ਤੇ ਹੁੰਦਾ ਹੈ ਬਾਕੀ ਕਰ ਲਓ ਨੋਟ ਤੁਹਾਨੂੰ ਮੈਂ ਦੱਸ ਦਿੰਨਾ 98767 354018 ਆ ਇਹਨਾਂ ਦਾ ਨੰਬਰ ਹੈ ਜਿੰਨਾ ਦਾ ਮਕਾਨ ਹੈ ਤੇ ਤੁਸੀਂ ਆਪੇ ਜਾ ਕੇ ਦੇਖਿਓ ਜੀ ਤੇ ਜਾ ਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਮਕਾਨ ਨੂੰ ਖਰੀਦਿਓ ਜੀ ਤੇ ਹੁਣ ਆਪਾਂ ਤੁਹਾਨੂੰ ਬਾਹਰ ਲੈ ਕੇ ਚੱਲਦੇ ਆ ਬਾਹਰ ਤੁਸੀਂ ਦੇਖ ਰਹੋ ਦੁਕਾਨਾਂ ਜੀ ਦੁਕਾਨਾਂ ਬਣੀਆਂ ਹੋਈਆਂ ਪਹਿਲਾਂ ਜਿਵੇਂ ਮੈਂ ਦੱਸਿਆ ਸੀ ਤੁਹਾਨੂੰ ਤੇ ਬਾਹਰੋਂ ਵੀ ਸਾਰਾ ਪਲਾਸਟਰ ਹੋਇਆ ਜੀ ਜੜੀਆਂ ਕੰਧਾਂ ਦੇ ਬਾਹਰ ਪਲਾਸਟਰ ਹੋਇਆ ਮੇਨ ਗੇਟ ਦੇਖੋ ਬਹੁਤ ਸੋਹਣਾ ਲੱਗਿਆ ਹੋਇਆ ਜੀ ਮੇਨ ਗੇਟ ਨੂੰ ਵੀ ਕਲਰ ਇਹਨਾਂ ਨੇ ਕੀਤਾ ਹੋਇਆ ਜੀ ਤੇ ਵਧੀਆ ਮੂਰੇ ਗਲੀ ਲੱਗਦੀ ਐ ਇਹਨਾਂ ਨੂੰ ਪੂਰੀ ਖੁੱਲੀ ਗਲੀਆਂ ਜੀ ਚਾਹੀੇ ਕੁਛ ਮਰਜੀ ਲੰਗਾ ਲਓ ਚਾਹੀੇ ਟਰੱਕ ਲੰਗਾ ਲਓ ਚਾਹੀੇ ਗੱਡੀ ਲਗਾ ਲਓ ਜੀ ਐਡੀ ਖੁੱਲੀ ਗਲੀਆਂ ਜੀ ਤੇ ਬਾਹਰ ਜਾਣਾ ਸਿਰਫ ਇਹਨਾਂ ਨੇ ਤਾਂ ਕਰਕੇ ਵੇਚਣਾ ਜੀ ਤੇ ਮਾਂ ਪੁੱਤ ਰਹਿੰਦੇ ਆ ਜੀ ਮਕਾਨ ਦੇ ਵਿੱਚ ਠੀਕ ਐ ਜੀ ਤੇ ਵੇਚ ਕੇ ਤੇ ਇਹਨਾਂ ਦਾ ਪਲਾਨ ਬਣ ਗਿਆ ਬਾਹਰ ਦਾ ਤੇ ਥੋੜੇ ਕਿ ਦਿਨਾਂ ਤੱਕ ਇਹਨਾਂ ਨੇ ਜਾਣਾ ਤੇ ਜਲਦੀ ਬਿਕਾਊਾ ਜੀ ਤੁਸੀਂ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹੋ ਤੇ ਤੁਸੀਂ ਨਾ ਬਹੁਤ ਸਾਰੇ ਕਮੈਂਟ ਵੀ ਕੀਤੇ ਸੀਗੇ ਮੈਂ ਬਹੁਤ ਸਾਰੇ ਕਮੈਂਟ ਪੜ੍ਹੇ ਤੇ ਕਹਿੰਦੇ ਸੀ ਤੁਸੀਂ ਵੀ ਸਾਨੂੰ ਘੱਟ ਰੇਟ 'ਚ ਸਾਡਾ ਬਜਟ ਹੈ ਜਿਹੜਾ ਬਹੁਤ ਘੱਟ ਹੈ ਕੋਈ 8 9 10 11 ਲੱਖ ਤੱਕ ਤੇ ਆਪਾਂ ਤੁਹਾਡੇ ਵਾਸਤੇ ਲੱਭ ਕੇ ਲਿਆਇਆ ਜੀ ਮਕਾਨ ਤੁਸੀਂ ਦੇਖ ਰਹੋ ਵਧੀਆ ਮਕਾਨ ਹੈ ਟੋਪ ਦਾ ਜੀ ਪੂਰਾ ਤੇ ਤੁਸੀਂ ਜਾ ਕੇ ਦੇਖ ਲਓ ਬਾਕੀ ਖਰੀਦ ਲਿਓ ਜਿਨ੍ਹਾਂ ਮੇਰੇ ਭੈਣਾ ਨੇ ਘੱਟ ਰੇਟ ਵਾਸਤੇ ਕਿਹਾ ਸੀਗਾ ਘੱਟ ਰੇਟ ਚ ਲੈ ਕੇ ਆਇਆ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਬਾਕੀ ਇਹਨਾਂ ਨੂੰ ਫੋਨ ਕਰ ਲਓ ਤੁਸੀਂ ਇੱਕ ਵਾਰ ਜ਼ਰੂਰ ਤੇ ਫੋਨ ਕਰਕੇ ਤੇ ਜਾ ਕੇ ਦੇਖ ਲਓ ਤੇ ਮਕਾਨ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਅੱਜ ਲਈ ਇਹਨੇ ਜੀ ਅੱਜ ਦਾ ਜਿਹੜਾ ਮਕਾਨ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਤੁਸੀਂ ਬਹੁਤ ਘੱਟ ਕਰਨ ਲੱਗੇ ਜੀ ਕਮੈਂਟ ਕੋਈ ਬਿਰਲੇ-ਬਿਰਲੇ ਕਰ ਦੋ ਬੇਨਤੀ ਵਾਲੀ ਗੱਲ ਹੈ ਜੀ ਆਪਦੀ ਰਾਏ ਜ਼ਰੂਰ ਦੇਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਸੇ ਵੀ ਏਰੀਆ ਚ ਤੁਹਾਨੂੰ ਮਕਾਨ ਚਾਹੀਦਾ ਕੋਠੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਿਆ ਕਰੋ ਜੀ ਤੇ ਆਪਾਂ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਜਰੂਰ ਪੂਰੀ ਕਰਾਂਗੇ ਜੀ ਤੇ ਮੈਂ ਹਰ ਰੋਜ਼ ਕਮੈਂਟ ਚੈੱਕ ਕਰਦਾ ਹੁੰਨਾ ਜਿਹੜੇ ਏਰੀਆ ਚ ਵੱਧ ਕਮੈਂਟ ਆਏ ਹੁੰਦੇ ਆ ਆਪਾਂ ਉਸ ਏਰੀਆ ਚੋਂ ਜ਼ਿਆਦਾ ਕੋਠੀਆਂ ਲੈ ਕੇ ਆਉਣੇ ਚਾਹੀ ਜਿਵੇਂ ਕਿ ਆ ਮਕਾਨ ਵਾਸਤੇ ਬਹੁਤ ਸਾਰੇ ਕਮੈਂਟ ਆਏ ਸੇ ਮੋਗੇ ਏਰੀਆ ਚੋਂ ਲੈ ਕੇ ਆਪਾਂ ਆਗੇ ਜੀ ਠੀਕ ਹੈ ਜੀ ਤੇ ਬਾਕੀ ਦੱਸੋ ਜਰੂਰ ਤੁਸੀਂ ਕਮੈਂਟ ਕਰਕੇ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਆਪਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜਿੰਨੇ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਪਹਿਲੀ ਵਾਰ ਆਏ ਹੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਨੀਚੇ ਇੱਕ ਰੈੱਡ ਕਲਰ ਦਾ ਬਟਨ ਹੈ ਉਹਨੂੰ ਆਲ ਤੇ ਸੈੱਟ ਕਰਕੇ ਕਲਿੱਕ ਜਰੂਰ ਕਰ ਦਿਓ ਤੇ ਜਿੰਨੇ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਪਹਿਲੇ ਤੋਂ ਆਪਣੇ ਨਾਲ ਜੁੜੇ ਹੋਏ ਹੈ ਜੀ ਪਹਿਲਾਂ ਤੋਂ ਹੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਵਧੀਆ ਲੱਗਦਾ ਤੁਸੀਂ ਜਦੋਂ ਵੀਡੀਓ ਨੂੰ ਲਾਈਕ ਸ਼ੇਅਰਾਂ ਤੇ ਕਮੈਂਟ ਕਰ ਦਿਓ ਜੀ ਮੈਂ ਹਰ ਰੋਜ਼ ਪੜਦਾ ਹੁੰਨਾ ਠੀਕ ਹੈ ਜੀ ਬਾਕੀ ਕਿਸੇ ਮੇਰੇ ਭੈਣ ਕੋਲੇ ਜਾਂ ਮੇਰੇ ਵੱਡੇ ਬਜ਼ੁਰਗ ਕੋਲੇ ਮੇਰੇ ਭਰਾ ਕੋਲੇ ਮੇਰੇ ਛੋਟੇ ਭਰਾ ਕੋਲੇ ਕੋਠੀ ਹੋਵੇ ਜਾਂ ਮਕਾਨ ਹੋਵੇ ਵੇਚਣ ਵਾਸਤੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਸਾਰਾ ਕੁਝ ਭੇਜ ਸਕਦੇ ਹੋ ਐਡ ਆਪਾ ਤੁਹਾਡੀ ਕਰ ਦਾਂਗੇ ਆਪਾਂ ਕੋਈ ਪੁੱਛਣ ਦੀ ਲੋੜ ਨਹੀਂ ਜੀ ਨਾ ਕੋਈ ਫੋਨ ਕਰਨ ਦੀ ਲੋੜ ਤੁਸੀਂ ਸਿੱਧਾ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ 5 ਕਿ ਮਿੰਟ ਦੀ ਵੀਡੀਓ ਤੇ ਜਾਣਕਾਰੀ ਸਾਰੀ ਤੇ ਆਪਾਂ ਐਡ ਤੁਹਾਡੀ ਕਰ ਦਾਂਗੇ ਜੀ ਤੇ ਬਾਕੀ ਮਿਲਦੇ ਆ ਜੀ ਜਲਦੀ ਤੇ ਜਦੋਂ ਲੰਮੀ ਵੀਡੀਓ ਆਪਾਂ ਹੁਣ ਖਿੱਚਦੇ ਨਹੀਂ ਠੀਕ ਹੈ ਜੀ ਤੇ ਖੁਸ਼ ਰਹੋ ਤੇ ਆਪਣੇ ਘਰੇ ਰਹੋ ਜੀ ਆਪਣੇ ਪਰਿਵਾਰ ਚ ਰਹੋ ਤੇ ਮਿਲਦੇ ਆ ਜੀ